ਉਹ ਦੇ ਆਪਾਂ ਸਪਰੇਅ ਲਈ ਸੀ ਇਹਨਾਂ ਤੋਂ ਅਤੇ ਉਸ ਦਿਨ ਹੀ ਕਰਤੀ ਸੀ ਸਪਰੇਅ ਇਹ ਮਤਲਬ ਅਤੇ 8-7 ਦਿਨਾਂ ਬਾਅਦ ਕਣਕ ਹੀ ਸਾਰੀ ਸੜ ਗਈ ਤੁਹਾਨੂੰ ਦਿਖੀ ਜਾਂਦੀ ਹੈ। ਕਿੰਨੀ ਜ਼ਮੀਨ ਕਿੰਨੀ ਦੇ ਵਿੱਚ ਬੀਜੀ ਹੋਈ ਹੈ? ਇਹ ਕਰੀ ਹੋਊ ਜੀ ਮੇਰੇ 18 ਕਿੱਲਿਆਂ ਦੇ ਵਿੱਚ ਕਰੀ ਹੋਊਗੀ। 18 ਕਿੱਲਿਆਂ 18 ਕਿੱਲਿਆਂ 'ਚ 15 ਕਿੱਲਿਆਂ ਹੀ ਸਪਰੇਅ ਲਈ ਸੀ ਇਹ ਤੋਂ 18 'ਚ ਕਰਤੀ ਅਤੇ 18 'ਚ ਇਹਨੇ ਇੰਨਾ ਅਟੈਕ ਕਰਿਆ ਸੀ। ਇੱਥੇ ਵੀ ਡੋਡੀ ਕਰਨੀ ਆ, ਵਾਹਣ ਗਿੱਲਾ ਨਾ ਹੋਵੇ, ਸੁੱਕੇ ਵਾਹਣ 'ਚ ਕਰਨੀ ਹੈ। ਉਹਨਾਂ ਨੇ ਜਾ ਕੇ ਰਲਾ ਕੇ ਕਰਤੀ ਜੀ, ਦੁਬਾਰਾ ਕਰਨ ਦੇ ਮਾਰਿਆ ਜੀ। ਜੇ ਆਪਾਂ ਕੀਮਤ ਦੀ ਗੱਲ ਕਰੀਏ ਕਿੰਨਾ ਨੁਕਸਾਨ ਹੋ ਜੂਗਾ? ਕੀਮਤ ਦਾ ਤਾਂ ਹੁਣ ਜੀ ਵੇਖੋ ਵੀ ਹੈਗਾ 6-7 ਲੱਖ ਦਾ ਨੁਕਸਾਨ ਫਿਰ ਇਸ ਹਿਸਾਬ ਨਾਲ। ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿੰਨੇ ਸਪਰੇ ਕਰਤੀ? ਇਹਦੇ ਤੋਂ ਸ਼ੁਰੂ ਤੋਂ ਲੈ ਕੇ ਕਰਤੀ ਹੋਈ ਜੀ ਹੁਣ 50,000 ਦੀ ਆ ਇਸ ਤੋਂ ਲੈ ਕੇ। ਡਾਕਟਰ ਚੈੱਕ ਕਰਕੇ ਗਿਆ 2-3 ਵਾਰੀ, ਇਹ ਕੋਈ ਬਿਮਾਰੀ ਨਹੀਂ ਕਹਿੰਦੇ ਵੀ ਇਹ। ਹੁਣ ਮੈਂ ਕਿਹਾ ਵੀ ਹੁਣ ਠੀਕ ਇਹਦੇ ਦਿਨ ਤਾਂ ਮਹੀਨਾ ਰਹਿ ਗਿਆ, ਹੁਣ ਕੀ ਠੀਕ ਹੋਊ ਮਹੀਨੇ 'ਚ ਇਹਦੇ ਮਨਿਆਦ ਹੀ ਨਹੀਂ ਰਹੀ। ਵੀ ਸਪਰੇਆਂ ਤਾਕਤ ਵਾਲੇ ਕੀਤੀਆਂ ਤਾਂ ਮਾੜਾ ਮੋਟਾ ਜਿਹੜੇ ਬੂਝੇ ਖੜੇ ਸੀ ਉਹ ਹਰੇ ਜੇ ਹੋ ਗਏ ਤਾਂ ਲੱਗਦਾ, ਉਹ ਤਾਂ ਕਣਕ ਸਾਰੀ ਮੱਚ ਗਈ ਸੀ ਇਹਨਾਂ ਵਾਹਣ 'ਚ ਕੁਛ, ਉਹ ਤਾਂ ਜਮਾਂ ਹੀ ਲੱਗਦਾ ਸੀ ਵੀ ਕਣਕ ਖਤਮ ਆ ਸਾਰੀ। ਲੋਕਵਾਚ ਟੀਵੀ ਨਾਲ ਜੁੜੇ ਤੁਸੀਂ, ਮੈਂ ਮੁਮਤਾਜ, ਪਿੰਡ ਭਲਾਈਆਣਾ ਵਿਖੇ ਖੜ੍ਹੇ ਹਾਂ। ਉੱਥੇ ਇੱਕ ਕਿਸਾਨ ਦੀ 15-16 ਕਿੱਲੇ ਜਿਹੜੀ ਕਣਕ ਹੈ ਉਹ ਸੜ ਗਈ। ਉਹਦਾ ਕਾਰਨ ਹੈ ਕਿ ਉਹਨਾਂ ਨੇ ਸਪਰੇਅ ਲਈ ਸੀ, ਉਹ ਜਦੋਂ ਸਪਰੇਅ ਕੀਤੀ ਉਸ ਤੋਂ ਬਾਅਦ ਕਿਸੇ ਨੇ ਦੱਸਿਆ ਕਿ ਤੁਹਾਡੀ ਕਣਕ ਖਰਾਬ ਹੋਣੀ ਸ਼ੁਰੂ ਹੋ ਗਈ ਹੈ। ਪੂਰਾ ਮਾਮਲਾ ਜਾਣਦੇ ਹਾਂ, ਕਿਸਾਨ ਸਾਡੇ ਨਾਲ ਮੌਜੂਦ ਨੇ, ਹੋਰ ਵੀ ਕਿਸਾਨ ਖੜ੍ਹੇ ਆ ਪਿੰਡ ਦੇ। ਸਭ ਤੋਂ ਪਹਿਲਾਂ ਤਾਂ ਜੀ ਘਟਨਾ ਕੀ ਹੋਈ ਹੈ ਉਹ ਦੱਸੋ ਸਾਰੀ। ਇਹ ਜੀ ਆਪਣੇ ਇੱਦੂ ਰੱਖਲਾ ਵੀ 7 ਤਰੀਕ ਦੀ ਗੱਲ ਹੈ ਪਿਛਲੀ ਦੀ। ਉਹਦੇ ਆਪਾਂ ਸਪਰੇਅ ਲਈ ਸੀ ਇਹਨਾਂ ਤੋਂ ਅਤੇ ਉਸ ਦਿਨ ਹੀ ਕਰਤੀ ਸੀ ਸਪਰੇਅ ਇਹ ਮਤਲਬ ਜੀ। ਅਤੇ 8-7 ਦਿਨਾਂ ਬਾਅਦ ਮਤਲਬ ਆਂਢੀ ਗੁਆਂਢੀ ਕਹਿੰਦੇ ਵੀ ਸਪਰੇਅ ਕਾਰਨ ਕੀ ਹੋ ਗਿਆ, ਵੀ ਤੇਰੀ ਕਣਕ ਕਿਉਂ ਐਂ ਹੋ ਰਹੀ ਹੈ। ਮੈਂ ਆ ਕੇ ਦੇਖਿਆ ਉਹਨਾਂ ਨੂੰ ਕੋਲੇ ਗਿਆ, ਮੈਂ ਉਹਨਾਂ ਨੇ ਕਹਿੰਦੇ ਵੀ ਆਹ ਤਾਕਤ ਵਾਲੀ ਕਰਦੇ ਵੀ ਸਹੀ ਹੋ ਜੂਗੀ, ਉਹ ਕਰਤੀ ਮੈਂ। ਫਿਰ 10-ਕੁ ਦਿਨਾਂ ਬਾਅਦ ਆਏ ਵੀ ਕਹਿੰਦੇ ਹਰੀ ਹੋ ਜੂਗੀ, ਡਾਕਟਰ ਆਏ, ਹਰਾ ਵੇਖੋ ਜੀ ਦਿਖੀ ਜਾਂਦਾ ਕੁਛ ਹੋਇਆ ਹੁਣ ਇੱਥੇ। ਅੱਛਾ, ਕਣਕ ਜੀ ਸਾਰੀ ਸੜਕੀ ਤੁਹਾਨੂੰ ਦਿਖੀ ਜਾਂਦੀ ਹੈ ਵੀ ਮਤਲਬ ਅੱਧ ਦਾ ਨੁਕਸਾਨ ਤਾਂ ਪੱਕਾ ਹੀ ਹੈ ਅਤੇ ਵੱਧ ਹੋ ਜੇ ਤਾਂ ਮੌਕਾ ਦੱਸੂ। ਕਿੰਨੀ ਜ਼ਮੀਨ ਕਿੰਨੀ ਦੇ ਵਿੱਚ ਬੀਜੀ ਹੋਈ ਹੈ? ਇਹ ਕਰੀ ਹੋਊ ਜੀ ਮੇਰੇ 18 ਕਿੱਲਿਆਂ ਦੇ ਵਿੱਚ ਕਰੀ ਹੋਊਗੀ। 18 ਕਿੱਲਿਆਂ 18 ਕਿੱਲਿਆਂ 'ਚ 15 ਕਿੱਲਿਆਂ ਹੀ ਸਪਰੇਅ ਲਈ ਸੀ ਇਹ ਤੋਂ, 18 'ਚ ਕਰਤੀ ਅਤੇ 18 'ਚ ਇਹਨੇ ਇੰਨਾ ਅਟੈਕ ਕਰਿਆ ਵੀ। ਅੱਛਾ, ਇਹ ਤੁਹਾਨੂੰ ਐਂ ਕਿਵੇਂ ਪਤਾ ਲੱਗਿਆ ਵੀ ਇਹ ਸਪਰੇਅ ਦਾ ਹੀ ਇਹ ਕਾਰਨ ਆ, ਵੀ ਵੈਸੇ ਵੀ ਬਿਮਾਰੀ ਕੋਈ ਹੋ ਸਕਦੀ? ਤੁਸੀਂ ਚੈੱਕ ਚੁੱਕ ਕਰਵਾਇਆ ਕਿਤੋਂ? ਚੈੱਕ ਤਾਂ ਜੀ ਇਹ ਦੁਕਾਨਦਾਰ ਹੀ ਕਰ ਸਕਦੇ, ਡਾਕਟਰ ਹੁਣ ਇਹਨਾਂ ਨੇ ਇਕੱਲੇ ਜਿਹੜੇ ਉਹ ਆ ਕੇ ਵੇਖ ਜਾਂਦੇ ਸੀ ਵੀ ਉਹ ਕਹਿੰਦੇ ਸੀ ਵੀ ਇਹ 80% ਸਹੀ ਹੋ ਜੂਗੀ, ਚੱਲ 10-20 ਨੁਕਸਾਨ ਹੋਊਗਾ ਤੁਹਾਡਾ। ਅਤੇ ਡਾਕਟਰ ਚੈੱਕ ਕਰਕੇ ਗਿਆ 2-3 ਵਾਰੀ, ਇਹ ਕੋਈ ਬਿਮਾਰੀ ਨਹੀਂ ਕਹਿੰਦੇ ਵੀ ਇਹ। ਅੱਛਾ, ਆਪ ਹੀ ਕਰਕੇ ਗਏ ਅਤੇ ਆਪ ਹੀ ਉਹ ਦਵਾਈ ਦੇ ਜਾਂਦੇ ਸੀ ਮਤਲਬ ਵੀ ਆਹ ਕਰ ਲਓ, ਇਹ ਤਾਂ 1-2 ਸਪਰੇਆਂ ਦਿੱਤੀਆਂ ਹੀ ਮਤਲਬ, ਪਰ ਉਹਨਾਂ ਨੇ ਕੋਈ ਇਹਨਾਂ ਨੂੰ ਫਾਇਦਾ ਨਹੀਂ ਕਰਿਆ। ਅੱਛਾ, ਦੇਖਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਆਹ ਸਪਰੇਅ ਕਰ ਲਓ ਵੀ ਠੀਕ ਹੋ ਜੂਗੀ? ਠੀਕ ਹੋ ਜੂਗੀ, ਇਹ ਸਪਰੇਅ ਕਰ ਲਓ ਇਹਦੇ ਨਾਲ ਠੀਕ ਹੋਊਗੀ, ਮਤਲਬ ਕਿ 2 ਸਪਰੇਆਂ ਕਰਤੀਆਂ ਇਸ ਤੋਂ ਪਹਿਲਾਂ। ਠੀਕ ਹੈ, ਅਤੇ ਉਸ ਤੋਂ ਬਾਅਦ ਹੋਰ ਵਧੀਆ? ਹਾਂ, ਉਸ ਤੋਂ ਬਾਅਦ ਸਾਰੀ ਗਈ ਮਿਕਸ ਹੋਈ, ਫਾਇਦਾ ਤਾਂ ਕੀ ਹੋਣਾ ਸੀ। ਅੱਛਾ, ਜਿਹੜੀ ਸਪਰੇਅ ਤੁਸੀਂ ਲਈ ਆ ਮਤਲਬ ਉਹ ਕਿੰਨੇ ਕੁ ਦੀ ਸਪਰੇਅ ਤੁਸੀਂ ਕਰ ਚੁੱਕੇ ਹੋ ਹੁਣ ਤੱਕ? ਆ ਹੁਣ ਜੀ ਕਣਕ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿੰਨੇ ਸਪਰੇਅ ਕਰਤੀ ਇਹਦੇ 'ਤੇ? ਇਹਦੇ ਤੋਂ ਸ਼ੁਰੂ ਤੋਂ ਲੈ ਕੇ ਕਰਤੀ ਹੋਈ ਜੀ ਹੁਣ 50,000 ਦੀ ਆ ਇਸ ਤੋਂ ਲੈ ਕੇ। ਅੱਛਾ, ਰੱਖ ਲਓ 20,000 ਦੀ ਤਾਂ ਇਹੀ ਹੋ ਗਈ ਹੁਣ, 11-1200 ਕਿੱਲਾ ਪੈਂਦਾ ਇਹ ਜੀ, 50,000 ਰੁਪਏ ਦੀ ਕਰ ਚੁੱਕੇ ਹੁਣ। ਹਾਂ, ਜਿਹੜਾ ਸਾਰਾ ਇਤਿਹਾਸ ਅਤੇ ਉਹਦੇ ਨਾਲ ਨੁਕਸਾਨ ਹੀ ਹੋ ਗਿਆ ਸਾਰਾ, ਸਾਰਾ ਨੁਕਸਾਨ ਹੀ ਆ, ਜਿੰਨਾ ਇਹ 'ਤੇ ਫਾਇਦਾ ਤਾਂ ਕੋਈ ਹੈ ਨਹੀਂ ਗਾ ਜੀ। ਅੱਛਾ, ਇਹ ਗੱਲ ਉਹ ਦੁਕਾਨਦਾਰ ਮੰਨਦੇ ਆ ਵੀ ਹਾਂ ਸਪਰੇਅ ਨਾਲ ਹੋ ਸਕਦਾ ਨੁਕਸਾਨ ਜੀ? ਦੁਕਾਨਦਾਰ ਤਾਂ ਕਿੱਥੇ ਮੰਨਦੇ ਜੀ, ਉਹ ਕਦੋਂ ਉਹ ਤਾਂ ਕਹਿੰਦੇ ਤੁਸੀਂ ਪਾਣੀ ਜੇ ਕਹਿੰਦਾ ਘੱਟ ਪਾਈਆਂ ਢੋਲੀਆਂ ਤੁਸੀਂ ਵੱਧ ਪਾਉਣੀਆਂ ਸੀ, ਜੇ ਵੱਧ ਕਹਿ ਦਈਏ ਵੀ ਵੱਧ ਤੁਸੀਂ ਵੱਧ ਪਾ ਦੀਆਂ ਘੱਟ ਪਾਉਣੀਆਂ ਸੀ। ਅੱਛਾ, ਜਿਵੇਂ ਉਹਨਾਂ ਨੇ ਕਿਹਾ ਸੀ ਕਿ ਇੰਨੀ ਕਰਨੀ ਉੰਨੀ ਕੀਤੀ ਆ, ਉਸ ਹਿਸਾਬ ਨਾਲ ਹੀ ਕਰਦੇ ਹਾਂ ਜੀ। 30-32 ਸਾਲ ਹੋ ਗਏ ਮੈਨੂੰ ਵਾਹੀ ਕਰੀ ਜਾਂਦੇ ਨੂੰ, 32 ਸਾਲ ਹੀ ਹੋ ਗਏ ਸਪਰੇਅ ਕਰੀ ਜਾਂਦੇ, ਹਰ ਇੱਕ ਤਰ੍ਹਾਂ ਹੀ ਸਪਰੇਅ ਕਰਦੇ। ਜਿਵੇਂ ਹੁਣ ਤੁਸੀਂ ਉਹਨਾਂ ਦੇ ਕੋਲ ਗਏ ਕਿ ਇੰਨਾ ਨੁਕਸਾਨ ਹੋ ਗਿਆ, ਤਾਂ ਕੀ ਕਹਿਣਾ ਸੀ ਉਹਨਾਂ ਦਾ ਅੱਗੋਂ? ਉਹਨਾਂ ਦਾ ਕਹਿਣਾ ਇਹੀ ਹੈ ਸਪਰੇਅ ਕਰ ਲਓ ਠੀਕ ਹੋ ਜੂਗੀ, ਬਸ ਆਹੀ ਕਹਿਣਾ ਹੋਰ। ਅੱਛਾ, ਹੋਰ ਦੇ ਦਿੰਦੇ ਕੋਈ ਨਾ ਕੋਈ? ਹਾਂ, ਤੇ ਹੁਣ ਮੈਂ ਕਿਹਾ ਵੀ ਹੁਣ ਠੀਕ ਇਹਦੇ ਦਿਨ ਤਾਂ ਮਹੀਨਾ ਰਹਿ ਗਿਆ, ਹੁਣ ਕੀ ਠੀਕ ਹੋਊ ਮਹੀਨੇ 'ਚ, ਇਹਦੇ ਮਨਿਆਦ ਹੀ ਨਹੀਂ ਰਹੇਗੀ ਕੁਛ। ਜੇ ਕੋਈ ਮਨਿਆਦ ਹੋਊ ਤਾਂ ਫਿਰ ਠੀਕ ਹੋਊ ਨਾ ਕੋਈ ਵੀ ਚੀਜ਼ ਆ, ਹੁਣ ਅਕਸਰ ਟਾਈਮ ਤਾਂ ਚਾਹੀਦਾ ਹੁਣ ਠੀਕ ਹੋਣ 'ਤੇ। ਜੇ ਵੈਸੇ ਆਪਾਂ ਨੁਕਸਾਨ ਦੀ ਗੱਲ ਕਰੀਏ ਵੀ ਕਿੰਨਾ ਕੁ ਨੁਕਸਾਨ, ਮਤਲਬ ਵੈਸੇ ਤਾਂ ਆਪਾਂ ਨੂੰ ਪਤਾ ਵੀ ਇੰਨਾ ਨੁਕਸਾਨ ਹੋ ਗਿਆ, ਵੀ ਪੈਸੇ ਕਿੰਨੇ ਕੁ ਪੈਸਿਆਂ ਦਾ ਨੁਕਸਾਨ ਹੋ ਗਿਆ ਹੁਣ ਤੱਕ ਸਾਰਾ?
ਵੇਖੋ ਜੀ, ਅੱਧ ਦਾ ਤਾਂ ਦਿਖੀ ਜਾਂਦਾ ਤਾਂ ਹੁਣ ਸਾਰਿਆਂ ਨੂੰ, ਅੱਧ ਦਾ ਤਾਂ ਦਿਖੀ ਜਾਂਦਾ, ਅੱਧਾ ਤਾਂ ਹੋਊਗਾ ਨੁਕਸਾਨ ਪੱਕਾ ਹੀ ਹੈ ਜੀ, ਵੱਧ ਪਲਾ ਜਾਵੇ ਘੱਟਦਾ ਨਹੀਂ ਇਸ ਤਰ੍ਹਾਂ, ਹਲੇ ਮਹੀਨਾ ਪਿਆ ਵੀ ਆ। ਹਾਂ ਵੀ ਅੱਧਾ ਨੁਕਸਾਨ ਹੈਗਾ ਰੱਖ ਲਾ ਵੀ, ਜੇ 18 ਤਾਂ 9 ਕਿੱਲਿਆਂ ਦੀ ਕਣਕ ਰਹੇਗੀ। 9 ਕਿੱਲਿਆਂ ਕਣਕ, ਹਾਂ। ਜੇ ਆਪਾਂ ਕੀਮਤ ਦੀ ਗੱਲ ਕਰੀਏ ਕਿੰਨਾ ਨੁਕਸਾਨ ਹੋਜੂ ਫਿਰ? ਕੀਮਤ ਦਾ ਤਾਂ ਹੁਣ ਜੀ ਵੇਖੋ ਵੀ ਹੈਗਾ 6-7 ਲੱਖ ਦਾ ਨੁਕਸਾਨ ਫਿਰ ਇਸ ਹਿਸਾਬ ਨਾਲ। ਹੁਣ ਬਾਕੀ ਬੀਜ ਮਹਿੰਗੇ ਆ, ਜਿਹੜਾ ਪਹਿਲਾਂ ਵਾਲੇ ਬੀਜ ਸੀ ਜੋ ਢੋਲ 'ਚ ਚੱਕ ਕੇ ਬੀਜ ਦਿੰਦੇ ਆ, ਬੀਜ ਦਾ ਵੀ ਸਾਨੂੰ 2500 ਦਾ ਗੱਟਾ ਕਿੱਲੇ ਦਾ ਮਿਲਿਆ ਹੋਇਆ ਜਿਹੜਾ ਬੀਜਿਆ ਹੋਇਆ। ਅੱਛਾ ਜੀ, ਇਹ ਵੀ ਮਹਿੰਗੇ ਆ? ਇਹ ਵੀ ਮਹਿੰਗੇ ਬੀਜ ਆ, ਹਾਂ। 2500 ਦਾ ਇਹ ਆਪਣਾ 826 ਬੀਜ ਲਿਆ ਕੇ ਬੀਜਿਆ, ਬਹੁਤ ਬਲੈਕ 'ਚ ਮਿਲਿਆ ਕਿੱਥੋਂ, ਭੱਜ ਭੱਜ ਕੇ ਲਿਆਂਦਾ। ਅਤੇ ਅੱਗੇ ਤਾਂ ਆਪਣਾ ਘਰੋਂ ਬੀਜ ਦਿੰਦੇ ਸੀ, ਚੱਲ ਆਪਣੀ 2000 ਵਾਲੀ ਸੀਗੀ, 800-900 ਪੈਂਦਾ ਹੁੰਦਾ ਸੀ ਗੱਟੇ ਦਾ, ਅਤੇ ਇਹ ਵੀ ਹੁਣ 3 ਗੱਟਿਆਂ ਦਾ ਮੁੱਲ 1 ਕਿੱਲੇ 'ਚ ਪਿਆ ਹੋਇਆ। ਅਤੇ ਉਹਨਾਂ ਨੇ ਵੀ ਇਹ ਕਿਹਾ ਸੀ ਵੀ ਇਹ ਕਣਕ ਝੜਨੀ ਘੱਟ ਤੋਂ ਘੱਟ 75-80 ਦੇ ਵਿੱਚ, ਅਤੇ ਹੁਣ ਇਹ ਰਹਿ ਗਈ 25-30 ਦੇ ਵਿੱਚ। ਹਾਂ ਆਸਾਂ ਸੀਗੀਆਂ, ਚਲੋ ਵੱਧ ਸੀਗੀਆਂ, 75 ਸੀ ਚੰਗੀ ਤਾਂ, ਬੀਜ ਤਾਂ ਫਿਰ ਹੀ ਬੀਜਿਆ ਸੀ ਨਾ ਵੀ ਵੱਧ ਨਿਕਲੂਗੀ ਆਪਾਂ ਨੂੰ ਵੀ ਜ਼ਿਆਦਾ ਹੋਊਗੀ। ਹਾਂਜੀ ਬਾਈ, ਕੋਈ ਗੱਲਬਾਤ ਕੀਤੀ ਉਹਨਾਂ ਦੇ ਨਾਲ ਕਿ ਬਾਈ ਸਾਡਾ ਨੁਕਸਾਨ ਹੋ ਗਿਆ ਜਾਂ ਕੁਝ ਨਾ ਕੁਝ ਗੱਲਬਾਤ ਹੋਈ ਹੋਵੇ ਉਹਨਾਂ ਨਾਲ ਬਾਅਦ? ਹਾਂਜੀ ਗੱਲਬਾਤ ਹੋਈ ਸੀਗੀ, ਉਹ ਤਾਂ ਹੁਣ ਗੱਲ ਆਏ ਵੀ ਟਾਈਮ ਟਪਾਉਂਦੇ ਕਹਿ ਦਿੰਦੇ ਆ ਵੀ ਹੁਣ ਜੇ ਆਹ ਸਪਰੇ ਕਰੋਗੇ ਤੁਹਾਡੀ ਬਸ ਹਫ਼ਤੇ 'ਚ ਠੀਕ ਹੋ ਜੂ ਕਣਕ, ਹੁਣ ਜਿਹੜੀਆਂ ਦੁੱਗੀਆਂ ਉੱਡੀਆਂ ਤੁਸੀਂ ਦੇਖਣੀਆਂ ਇਹ ਕਿੱਥੋਂ ਠੀਕ ਹੋ ਜਾਣਗੀਆਂ ਜਦੋਂ ਕਣਕ ਹੀ ਹੈਣੀ ਇੱਥੇ ਤੱਕ, ਬੂਟੇ ਰਹਿ ਗਏ ਸਾਰਾ ਤਾਂ ਮਚਾਤਾ। ਹੁਣ ਤਾਂ ਉਹਨਾਂ ਨੂੰ ਤਾਂ ਆਇਆ ਵੀ ਗਾਂਹ ਵੀ ਕਹਿੰਦੇ ਵੀ ਗਾਂਹ ਦੀਆਂ ਠੀਕ ਹੋ ਜੂ, ਪਰ ਠੀਕ ਕਿੱਥੋਂ ਦੁੱਗੀਆਂ ਤੁਹਾਡੀਆਂ ਸਾਰੀਆਂ ਵੀ ਕਹਿੰਦੇ ਝਾੜ ਤੇ ਨਹੀਂ, ਝਾੜ ਅਸੀਂ ਐਂ ਕਰਦੇ ਹਾਂ ਪੂਰਾ, ਪਰ ਝਾੜ ਕਿੱਥੋਂ ਪੂਰਾ ਹੋ ਜੂ, ਹੁਣ ਰਹੀ ਕੁਛ ਨਹੀਂ ਗਿਆ ਕਣਕ ਦਾ ਜੀ। ਅਤੇ ਉਹ ਆਪ ਡਾਕਟਰ ਹੁਣ ਡਾਕਟਰ ਨੂੰ ਵੀ ਵਿਖਾਈ ਹੈ, ਉਹ ਕਹਿੰਦੇ ਬਿਮਾਰੀ ਕੋਈ ਨਹੀਂ, ਬਸ ਵੀ ਜ਼ਿਆਦਾ ਸਪਰੇਅ ਸਪਰੂ ਵੀ ਕਿਵੇਂ ਹੋ ਕੇ, ਉਹ ਡਾਕਟਰ ਆਪ ਹੀ ਕਹਿੰਦੇ ਬਿਮਾਰੀ ਕੋਈ ਹੈ ਨਹੀਂ ਗੀ। ਉਹ ਜਦੋਂ ਸਪਰੇਅ ਕਰਤੀ ਇਦੂ ਬਾਅਦ ਕਣਕ ਬਾਹਲੀ ਚੰਗੀ ਸੀ, ਜਦੋਂ ਪਹਿਲਾਂ ਕਹਿੰਦੇ ਸੀ, ਕਹਿੰਦੇ ਸੀ ਵੀ ਕਣਕ ਘੱਟੋ ਘੱਟ ਚੜੂਗੀ 70 ਮਣ, ਅਤੇ ਜਦੋਂ ਬਸ ਉਹ ਸਪਰੇਅ ਕਰਤੀ ਤੁਸੀਂ ਵਿਆਹ 'ਚ ਸੀਗੇ ਬਸ, ਅਤੇ ਅੱਗੇ ਡੈਡੀ ਅਤੇ ਇੱਕ ਨਾਲ ਬੰਦਾ ਸੀ ਦੋਵੇਂ ਕਰਕੇ ਗਏ, ਨਾਲੇ ਐਵੇਂ ਨਹੀਂ ਵੀ ਹੋਰ ਬੰਦੇ ਨੇ ਕੀਤੇ ਹੋਏ ਫਿਰ ਵੀ ਮੰਨ ਲਏ, ਆਪ ਕਰਕੇ ਗਏ ਆ। ਉਹਨਾਂ ਨੇ ਦਿੱਤੀ ਸੀਗੀ ਸਪਰੇ 15 ਕਿੱਲਿਆਂ ਦੀ, ਅਤੇ ਇਦੂ ਵੀ ਘੱਟ ਡੋਜ 'ਚ ਅਸੀਂ ਉਹ 15 ਵਾਲੀ 18 ਦੀ ਕੀਤੀ ਹੈ, ਅਤੇ ਇਦੂ ਬਾਅਦ ਜਦੋਂ ਕਰਤੀ ਬਸ ਅਸਰ ਵੀ ਸਪਰੇ ਕਰ ਜਾਂਦੀ ਹੈ ਵੀ 5-6 ਦਿਨਾਂ 'ਚ ਅਸਰ ਕਰਨ ਲੱਗ ਜਾਂਦੀ ਆ, ਅਤੇ ਹਫ਼ਤੇ ਬਾਅਦ ਇਦੂ ਬਾਅਦ ਮੱਚਣੀ ਸ਼ੁਰੂ ਹੋ ਗਈ ਕਣਕ ਸਾਰੀ, ਦੋਗੀਆਂ ਹੀ ਉੱਡੀਆਂ। ਹੇ ਤਾਂ ਅਸੀਂ ਵੀ ਸਪਰੇਆਂ ਤਾਕਤ ਵਾਲੇ ਕੀਤੀਆਂ ਤਾਂ ਮਾੜਾ ਮੋਟਾ ਜਿਹੜੇ ਬੂਝੇ ਖੜ੍ਹੇ ਸੀ ਉਹ ਹਰੇ ਜੇ ਹੋ ਗਏ ਤਾਂ ਲੱਗਦਾ, ਉਹ ਤਾਂ ਕਣਕ ਸਾਰੀ ਮੱਚ ਗਈ ਸੀ ਨਾ ਵਣ 'ਚ ਕੁਛ, ਉਹ ਤਾਂ ਜਮਾਂ ਹੀ ਲੱਗਦਾ ਸੀ ਵੀ ਕਣਕ ਖਤਮ ਆ ਸਾਰੀ। ਇਹ ਤਾਕਤ ਵਾਲੀਆਂ ਸਪਰੇਆਂ ਕੀਤੀਆਂ, ਜਿਹੜੇ ਬੂਝੇ ਰਹਿ ਗਏ ਸੀ ਮਾੜੇ ਮੋਟੇ ਉਹ ਚੱਲ ਹਰੇ ਹੋ ਗਏ, ਅਤੇ ਬਾਕੀ ਜਿਹੜੀ ਉੱਡ ਗਈ ਉਹ ਤਾਂ ਜਮਾਂ ਹੀ ਵਾਹਣ ਹੀ ਖਾਲੀ ਹੋ ਗਿਆ ਸੀ। ਹਾਂਜੀ ਲੋਕ ਤਾਂ ਹੀ ਕਹਿੰਦੇ ਸੀ ਵੀ ਤੁਹਾਡੀ ਰਹਿ ਕੁਛ ਨਹੀਂ ਗਿਆ ਵਾਹਣ 'ਚ, ਅਤੇ ਸਾਰੀ ਕਣਕ ਹੀ ਖਾਲੀ ਹੋ ਗਈ ਸੀਗੀ। ਅਤੇ ਬਾਈ ਜਿਵੇਂ ਸਪਰੇਅ ਤੁਸੀਂ ਕਿਹਾ ਕਿ ਉਹਨਾਂ ਨਾਲ ਗੱਲ ਕੀਤੀ ਆ, ਉਹ ਐਂ ਕਹਿ ਦਿੰਦੇ ਕਦੇ ਖੁਦ ਕਹਿ ਵੀ ਉਹਨਾਂ ਨੇ ਕੁਝ ਐਂ ਵੀ ਕਿਹਾ ਵੀ ਚੱਲ ਯਾਰ ਮਤਲਬ ਸੈਟਿੰਗ ਫੈਟਿੰਗ ਕਰ ਲੈਂਦੇ ਕੋਈ ਨਾ ਕੋਈ? ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਹਾਂ ਇਹ ਤਾਂ ਕੋਈ ਗੱਲ ਨਹੀਂ ਕੀਤੀ, ਇਹੋ ਜਿਹੀ ਪੈਸਿਆਂ ਪੂਸਿਆਂ ਦੀ ਜਾਂ ਕਰ ਲੈਂਦੇ ਜਿਵੇਂ ਸੈਟਿੰਗ ਮੈਟਿੰਗ, ਕੋਈ ਗੱਲ ਨਹੀਂ, ਬਸ ਐਂ ਕਹਿ ਦਿਆ ਸਪਰੇ ਕਰ ਲਓ ਠੀਕ ਹੋ ਜੂਗੀ, ਬਸ ਗਾਂਹ ਸਪਰੇ। ਉਹ ਵੈਸੇ ਮੰਨਦੇ ਆ ਵੀ ਸਪਰੇ ਕਰਨ ਹੋ ਸਕਦੇ ਆ ਨੁਕਸਾਨ? ਨਹੀਂ ਨਹੀਂ ਐਂ ਹੁਣ ਅਗਲਾ ਮੈਨੂੰ ਫਿਰ ਤਾਂ ਸਾਰੀ ਗਲਤੀ ਉਹਨਾਂ 'ਤੇ ਆ ਜੂਗੀ, ਐਂ ਤੁਹਾਨੂੰ ਪਤਾ ਜੀ ਦੁਕਾਨ ਵਾਲੇ ਮੰਨਦੇ ਆ, ਕਹਿੰਦੇ ਵੀ ਬਿਮਾਰੀ ਕੋਈ ਨਹੀਂ ਹੋਰ। ਹਾਂ ਡਾਕਟਰ ਕਹਿੰਦੇ ਹੋਰ ਕੋਈ ਬਿਮਾਰੀ ਨਹੀਂ, ਕਹਿੰਦੇ ਹਾਂਜੀ ਉਹ ਡਾਕਟਰ ਆਪ ਹੀ ਆਏ ਸੀ, ਉਹਨਾਂ ਨੇ ਭੇਜਿਆ ਆਪ, ਹਾਂ ਡਾਕਟਰ ਉਹਨੇ ਆਪ ਨੇ ਇਹ ਗੱਲ ਕਹੀ ਬਿਮਾਰੀ ਕੋਈ ਨਹੀਂ ਸਪਰੇ, ਨਹੀਂ ਤਾਂ ਉਹ ਦੱਸਦੀ ਪਿਆ ਕਣਕ ਨੂੰ ਬਿਮਾਰੀ ਸੀ, ਉਹ ਆਪ ਹੀ ਮੰਨਦੇ ਵੀ ਬਿਮਾਰੀ ਕੋਈ ਨਹੀਂ ਵੀ ਸਪਰੇ ਕਰਕੇ ਸਰ ਆਪਦੇ ਆਪ ਨਹੀਂ, ਨਾਲ ਡਾਕਟਰ ਭੇਜੀ ਸੀ ਉਹਨਾਂ ਨੇ, ਫਿਰ ਆਪਦੇ ਡਾਕਟਰ ਹੀ ਗੱਲ ਕਹਿੰਦੇ ਆ ਕਿ ਬਿਮਾਰੀ ਹੈ ਨਹੀਂ ਸਭ ਕੋਈ ਵੀ ਕਣਕ ਨੂੰ। ਵੈਸੇ ਕੋਈ ਹੋਰ ਤੁਸੀਂ ਖੇਤੀਬਾੜੀ ਵਿਭਾਗ ਤੱਕ ਕੋਈ ਗੁਹਾਰ ਲਗਾਈ ਹੈ ਬਈ ਇਹਦੇ ਬਾਰੇ? ਲਗਾਈ ਹਾਂਜੀ, ਆਪਣੇ ਚੀਫ ਨੂੰ ਮੁਕਤਸਰ ਦੇ ਕੇ ਆਏ ਹਾਂ ਜੀ ਲਿਖ ਕੇ ਅਰਜੀ, 3-4 ਦਿਨ ਹੋ ਗਏ, ਕੋਈ ਐਕਸ਼ਨ ਨਹੀਂ ਆਇਆ ਉਹਨਾਂ ਨੂੰ, ਕੋਈ ਆਇਆ ਉਹਨਾਂ ਨੂੰ ਦੇਖਣ ਤੋਂ ਮੌਕਾ ਨਹੀਂ ਆਇਆ, ਹਜੇ ਤੱਕ ਨਹੀਂ ਆਇਆ ਜੀ ਕੋਈ ਵੀ ਉਹਨਾਂ 'ਚ ਦੇਖਣ ਇੱਥੇ, ਕੋਈ ਨਹੀਂ ਆਇਆ? ਨਹੀਂ ਆਇਆ ਜੀ। ਕੀ ਲੱਗਦਾ ਫਿਰ ਕਦੋਂ ਹੋਣਗੇ ਸਾਰੀ ਤਬਾਹ ਹੋ ਗਈ ਉਦੋਂ ਹੋਣਗੇ? ਹਾਂ ਫਿਰ ਤਾਂ ਟਾਈਮ ਵਾਲੀ ਗੱਲ ਹੀ, ਟਾਈਮ ਟਪਾਉਣ ਵਾਲੀ ਗੱਲ ਹੀ, ਨਾਲੇ ਕਹਿ ਕੇ ਵੀ ਆਏ ਸੀ ਵੀ ਪਹਿਲਾਂ ਹੀ ਅਸੀਂ ਤਾਂ ਲੇਟ ਹਾਂ ਜੀ, 20-25 ਦਿਨ ਲੇਟ ਹਾਂ ਸੀ, ਪਹਿਲਾਂ ਹੀ ਜ਼ਿਆਦਾ ਲੇਟ ਹਾਂ ਸੀ, ਹੁਣ ਤਾਂ ਹੱਲ ਵੀ ਨਹੀਂ ਕੋਈ ਹੋਣਾ ਜੀ। ਹਾਂ ਵੀ ਇਦੋਂ ਬਾਅਦ ਹੱਲ ਵੀ ਨਹੀਂ ਹੋਣਾ ਕੋਈ, ਫਿਰ ਤਾਂ ਲੱਗ ਜਾਂਦੇ ਵੱਢਣ ਦਾ ਟਾਈਮ ਹੀ ਆ ਗਿਆ, ਤੁਸੀਂ ਪਹਿਲਾਂ ਹੀ ਕਰਦੇ ਸੀ ਕਿ ਨਹੀਂ ਮਸਲਾ ਹੈ? ਤਾਂ ਜੀ ਜੇ ਮੰਨ ਲਓ ਕੋਈ ਨਹੀਂ ਹੱਲ ਹੁੰਦਾ ਵੀ ਨਹੀਂ ਕੋਈ ਮੰਨਦਾ, ਫਿਰ ਮਤਲਬ ਕਰੋਗੇ ਕੀ ਇਹਦੇ ਬਾਅਦ? ਕਰਨਾ ਕੀ ਫਿਰ, ਆਹੀ ਹੈ ਜੀ ਆਪਣਾ, ਆਹੀ ਹੈ ਰੌਲਾ ਰੱਪਾ, ਆਪਾਂ ਹੋਰ ਕੀ ਕਰ ਸਕਦੇ, ਇਹੀ ਹੈ ਸਰਕਾਰ ਹੋਰ ਕਰਾਂਗੇ ਕਿਸੇ ਕੋਲ ਫਿਰ ਮਿਲੇ ਨਹੀਂ ਵੀ ਅੱਗੇ ਹੋਰ ਵੇਖ ਲਾਂਗੇ ਜਾ ਕੇ ਭਾਈ ਜਿੱਥੇ ਫੋਹ ਪੈਂਦਾ ਕੋਈ, ਫਿਰ ਪਰ ਨੁਕਸਾਨ ਤਾਂ ਮਤਲਬ ਵੱਧਦਾ ਜਾ ਰਿਹਾ ਨਾ ਦਿਨੋਂ ਦਿਨ, ਵੱਧਦਾ ਜਾ ਰਿਹਾ ਜੀ।
ਇਹ ਮੱਚਣ ਦਾ ਵੀ ਕਾਰਨ ਆਪਾਂ ਇਹ ਕਹਿ ਦਈਏ ਵੀ ਚੱਲ ਆਪਾਂ ਕਹਿੰਦੇ ਵੀ ਇੱਕ ਥਾਂ ਆਪਾਂ ਤੋਂ ਡਰਮੀ ਵੱਧ ਵੱਜ ਗਈ, ਜਿੱਥੇ ਨਹੀਂ ਵੱਜੀ ਕਣਕ ਉਹ ਵੀ ਡਾਊਨ ਦਿਸ ਰਹੀ ਨੇ, ਵੀ ਜਦੋਂ ਉਹ ਸਹੀ ਖੜੀ ਹੋਵੇ ਬਿਲਕੁਲ ਵੀ ਇਹਨੂੰ ਵੀ ਤੁਸੀਂ ਵੱਧ ਪਾਤੀ ਆਹ ਕਣਕ ਸਹੀ ਖੜੀ ਹੈ ਫਿਰ ਵੀ ਆਪਾਂ ਗਲਾਹਦਾਰ ਹੋ ਸਕਦੇ ਹੈਗੇ। ਹਾਂਜੀ ਬਾਕੀ ਇਹ ਤੋਂ ਜੋ ਉਹਦੀ ਦੁਕਾਨ ਇਹਨੇ ਖੋਲ੍ਹੀ ਹੈ 3-4 ਸਾਲ ਦੀ ਉਹਦੀ ਸਪਰੇ ਲੈ ਰਹੇ ਹਾਂ, ਕੀ ਨਾਂ ਸੀ ਸੰਧੂ ਪੇਸਟੀਸਾਈਡ, ਸੰਧੂ ਪੇਸਟੀਸਾਈਡ ਤੋਂ ਲੈ ਰਹੇ ਹਾਂ 4 ਸਾਲ ਦੇ ਜੋ ਉਹਦੀ ਇਹਨਾਂ ਨੇ ਦੁਕਾਨ ਕਰੀ ਹੋਈ ਹੈ। ਪਹਿਲਾਂ ਨਹੀਂ ਕਿਸੇ ਦਿੱਕਤ ਆਈ? ਪਹਿਲਾਂ ਨਹੀਂ ਆਈ ਸੀ, ਪਹਿਲਾਂ ਤਾਂ ਜੀ ਸ਼ਹਿਰ ਮਹਾਜਨ ਨੂੰ ਫਿਰ ਵੀ ਮਾੜੀ ਮੋਟੀ ਹੁੰਦੀ ਹੈ ਅਕਸਰ ਭਲਾ, ਕਿਵੇਂ ਮਹਾਜਨ ਗਲਤ ਨਹੀਂ ਕਰਦਾ ਹੁੰਦਾ ਕਦੇ ਵੀ, ਉਹਨੂੰ ਜਾਣਕਾਰੀ ਹੁੰਦੀ ਹੈ ਮਾੜੀ ਮੋਟੀ, ਫਿਰ ਵੀ ਭਲਾ ਅਸੀਂ ਪਿੰਡਾਂ ਵਾਲੇ ਉਹ ਖਾਦ ਹੱਕ ਸੀਗਾ ਉਹਨਾਂ ਦਾ ਵੀ ਕੰਪਨੀ ਵਾਲਿਆਂ ਨੂੰ ਸੱਦੇ, ਥੇੜੀ ਕੰਪਨੀ ਸਪਰੇਅ ਸੀ ਉਹਨਾਂ ਨੂੰ, ਉਹਨਾਂ ਹੱਕ ਸੀਗਾ ਸੱਦਣ ਦਾ, ਉਹਨਾਂ ਨੇ ਫਿਰ ਜਮੀ ਕੋਈ ਗੱਲ ਨਹੀਂ ਨਾ ਸੱਦਿਆ ਕਿਸੇ ਨੂੰ, ਆਪ ਕਹਿ ਦਿੰਦੇ ਹੁੰਦਾ ਵੀ ਜੇ ਮੰਨ ਲਓ ਨੁਕਸਾਨ ਕੰਪਨੀ ਵੱਲੋਂ ਹੁੰਦਾ ਤਾਂ ਹੁੰਦਾ ਕਿ ਮੁਆਵਜ਼ਾ ਵਗੈਰਾ ਉਹਨਾਂ ਵੱਲੋਂ? ਹਾਂਜੀ ਹਾਂਜੀ ਹੱਕ ਹੈਗਾ, ਜਦੋਂ ਉਹਨਾਂ ਦੀ ਗਲਤੀ ਕਰਕੇ ਹੋਇਆ, ਜੇ ਸਾਡੀ ਗਲਤੀ ਕਰਕੇ ਹੋਇਆ ਫਿਰ ਤਾਂ ਹੋਵੇ, ਜਦੋਂ ਉਹਨਾਂ ਦਾ ਗਲਤੀ ਕਰਕੇ ਹੋਇਆ ਸਪਰੇ ਗਲਤ ਆਈ ਹੈ ਜਾਂ ਕੁਛ ਵੀ ਆਇਆ ਤਾਂ ਉਹਨਾਂ ਦਾ ਹੱਕ ਤਾਂ ਹੈਗਾ ਇੱਕ ਵਾਰ ਆ ਕੇ ਕਰਨ ਦਾ ਹੀ, ਕੋਈ ਨਾ ਕੋਈ ਜਮਾ ਹੀ ਨਹੀਂ ਆਇਓ ਕੰਪਨੀ ਵੱਲ ਤਾਂ ਆਏ ਨਹੀਂ ਕੰਪਨੀ ਵੱਲ ਤਾਂ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ, ਜੀ ਸੰਧੂ ਪੈਸਟੀਸਾਈਡ ਤੋਂ ਗੱਲ ਕਰ ਰਹੇ ਹੋ ਜੀ? ਹਾਂਜੀ ਬਾਈ ਜੀ, ਮੈਂ ਲੋਕ ਆਵਾਜ਼ ਟੀਵੀ ਤੋਂ ਗੱਲ ਕਰ ਰਿਹਾ ਹਿਮਤਾਜ। ਹਾਂਜੀ ਤੁਹਾਡੇ ਪਿੰਡ ਭਲਾਈਆਂ ਨੇ ਨਾ ਮੈਨੂੰ ਇੱਕ ਇੰਟਰਵਿਊ ਦਿੱਤੀ ਗਈ ਆ। ਹਾਂਜੀ ਜਿਹਦੇ ਵਿੱਚ ਕਿ ਉਹਨਾਂ ਦਾ ਕਹਿਣਾ ਕਿ ਅਸੀਂ ਸੰਧੂ ਪੈਸਟੀਸਾਈਡ ਤੋਂ ਸਪਰੇਅ ਲਈ ਸੀ, ਠੀਕ ਹੈ ਜੀ, ਤੇ ਉਹਦੇ ਨਾਲ ਸਾਡੀ 17 ਤੋਂ 18 ਕਿੱਲੇ ਜਿਹੜੀ ਕਣਕ ਹੈ ਉਹ ਮਤਲਬ ਖਰਾਬ ਹੋ ਗਈ ਹੈ, ਮੱਚ ਗਈ ਹੈ ਜੀ, ਠੀਕ ਹੈ ਜੀ। ਹਾਂਜੀ ਤੁਹਾਡਾ ਕੀ ਕਹਿਣਾ ਜੀ, ਮਤਲਬ ਤੁਹਾਡਾ ਸਪਰੇਅ ਲਈ ਸੀ ਤੁਹਾਡੇ ਤੋਂ ਇਹ? ਸਪਰੇਅ ਲਈ ਸੀਗੀ ਜੀ। ਹਾਂਜੀ ਸਪਰੇਅ ਕੀਤੀ ਸੀ ਉਹਨਾਂ ਨੂੰ ਵੱਡੋ ਵੱਡੀ ਕਰਨ, ਠੀਕ ਹੈ ਜੀ, ਵੀ ਇੱਕ ਸਪਰੇਅ ਜਿਹੜੀ ਆ ਇਹ ਪਹਿਲਾਂ ਕਰਨੀ ਹੈ, ਹਾਂਜੀ ਦੂਜੀ ਬਾਅਦ ਚ ਕਰਨੀ ਹੈ, ਹਾਂਜੀ ਦੋ ਦਿਨ ਬਾਅਦ ਚ ਲੈ ਕੇ ਗਏ ਸਾਥੋਂ ਉਹ ਸਪਰੇਅ, ਠੀਕ ਹੈ ਜੀ, ਜਿਹੜੀ ਪਹਿਲਾਂ ਹਾਂ ਅਸੀਂ ਆਖਿਆ ਵੀ ਅੱਧੋ ਅੱਡੀ ਕਰਨੀ ਹੈ, ਵਾਹਣ ਗਿੱਲਾ ਨਾ ਹੋਵੇ, ਹਾਂਜੀ ਸੁੱਕੇ ਵਾਹਣ ਚ ਕਰਨੀ ਹੈ, ਹਾਂਜੀ ਉਹਨਾਂ ਨੇ ਜਾ ਕੇ ਰਲਾ ਕੇ ਕਰਤੀ ਜੀ ਦੁਬਾਰਾ ਕਰਨ ਦੇ ਮਾਰਿਆਂ, ਠੀਕ ਹੈ ਜੀ, ਵੀ ਸਾਨੂੰ ਦੋ ਵਾਰੀ ਕਰਨੀ ਪਊਗੀ, ਮੰਨ ਲਾ ਖੁਦ ਕੀਤੀ ਹੈ ਕਿ ਲੇਬਰ ਤੇ ਆਪਾਂ ਨੂੰ ਪਤਾ ਨੀ ਚੱਲ, ਹਾਂਜੀ ਉਹ ਤਾਂ ਆਪਾਂ ਨੂੰ ਹੁਣ ਹੀ ਪਤਾ ਲੱਗਿਆ ਜੀ, ਹਾਂਜੀ ਉਹਨਾਂ ਨੇ ਰਲਾ ਕੇ ਕਰਤੀ ਜੀ, ਹੁਣ ਰਲਾ ਕੇ ਕਰੂਗਾ ਤਾਂ ਉਹਨੇ ਨੁਕਸਾਨ ਕਰਨਾ ਸੀਗਾ ਜੀ। ਅਗਲੇ ਦਾ ਮਨ ਦਾ ਨੀ ਪਤਾ, ਅਗਲਾ ਕੀ ਕਹਿੰਦਾ ਜੀ ਦੂਰੀ ਕਰਨੀ ਪਊ ਆਪਣੇ ਵੇਟ ਦੀ, ਲਾ ਕੇ ਕਰਤੀ ਜੀ ਤਾਂ ਕਰਕੇ ਨੁਕਸਾਨ ਕੀਤਾ, ਹੋਰ ਕੋਈ ਚੱਕਰ ਨੀ ਜੀ, ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ, ਧੰਨਵਾਦ ਜੀ ਬਾਈ ਜੀ, ਠੀਕ ਹੈ ਜੀ, ਓਕੇ ਜੀ।